ਪਿੱਛੇ ਰੱਖਿਆ ਕੁਰਸੀਆਂ ਕੋਈ ਨਹੀਂ ਥੋੜਾ ਗੁਰਦੁਆਰਾ تفصيلدار صاحب سنتيوب ਪੰਜਾਬ ਦੇ ਮਹਾਬਲੀ ਦਾਸ ਸਿੰਘ ਪਹਿਲਵਾਨ ਦੀ ਮਿੱਟੀ ਜਾਤ ਦੇ ਵਿੱਚ ਕੁਸ਼ਤੀ ਦੰਗਲ ਕਰਵਾਉਣ ਜਾ ਰਿਹਾ ਰੁਸਤਮਿੰਦਰ ਰੁਸਤਮੇ ਜਮਾ ਵਰਲਡ ਚੈਂਪੀਅਨ ਕਾਮਨਵੈਲਥ ਚੈਂਪੀਅਨ ਪੰਜਾਬ ਦੇ ਬੱਬਰ ਸ਼ੇਰ ਮਹਾਬਲੀ ਦਾਸ ਸਿੰਘ ਪਹਿਲਵਾਨ ਦਾ ਜਨਮ 19/11/1928 ਨੂੰ ਪਿਤਾ ਸਰਦਾਰ ਸੂਰਤ ਸਿੰਘ ਤੇ ਮਾਤਾ ਸ੍ਰੀਮਤੀ ਬਲਵੰਤ ਕੌਰ ਦੇ ਘਰ ਪਿੰਡ ਧਾਰੂ ਚੱਕ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਏ ਉਹਨਾਂ ਨੇ ਕੁਸ਼ਤੀ ਖੇਤਰ ਦੇ ਵਿੱਚ ਹਰਨਾਮ ਸਿੰਘ ਪਹਿਲਵਾਨ ਰਾਣਾ ਨੂੰ ਆਪਣਾ ਗੁਰੂ ਧਾਰਨ ਕੀਤਾ ਹਿੰਦ ਕੇਸਰੀ ਹਰਬੰਸ ਸਿੰਘ ਪਹਿਲਵਾਨ ਰਾਜਪੁਰ ਗੱਡਾ ਜੋ ਕਿ ਰਿਸ਼ਤੇ ਦੇ ਰਿਸ਼ਤੇਦਾਰੀ ਦੇ ਵਿੱਚੋਂ ਇਹਨਾਂ ਦਾ ਤੁਰਨ ਲੱਗਦਾ ਕਿਉਂਕਿ ਸ੍ਰੀ ਜ਼ਿਲ੍ਹਾ ਜੋ ਕਿ ਰੁਸਤਮਦਾਰ ਪਹਿਲਵਾਨ ਦੀ ਬੇਟੀ ਨੂੰ ਵਿਆਹਿਆ ਹੋਇਆ ਤੇ ਇਹਨਾਂ ਨੇ ਸਾਡਾ ਹਰਬੰਸ ਸਿੰਘ ਪਹਿਲਵਾਨ ਨੂੰ ਵੀ ਆਪਣਾ ਗੁਰੂ ਧਾਰਨ ਕੀਤਾ ਸਾਲ 1953 ਦੇ ਵਿੱਚ ਇਹਨਾਂ ਨੇ ਮਦਰਾਸ ਦੇ ਵਿੱਚ ਰੁਸਤਮਿੰਦਰ ਦਾ ਖਿਤਾਬ ਜਿੱਤਿਆ ਸਾਲ 1954 ਦੇ ਵਿੱਚ ਬੰਬਈ ਦੇ ਵਿੱਚ ਇਹਨਾਂ ਨੇ ਰੁਸਤਮਿੰਦਰ ਦਾ ਖਿਤਾਬ ਜਿੱਤਿਆ ਸਾਲ 1909 ਦੇ ਵਿੱਚ ਦਾਸ ਸਿੰਘ ਨੇ ਕਾਮਨਵੈਲਥ ਚੈਂਪੀਅਨ ਖਿਤਾਬ ਜਿੱਤਿਆ ਜੀ ਇਸ ਤਰ੍ਹਾਂ ਬੰਬਈ ਦੇ ਵਿੱਚ ਇਹਨਾਂ ਨੇ ਵਿਦੇਸ਼ੀ ਕਾਰਵਾਈ ਨੂੰ ਚੱਕ ਕਰਕੇ ਵਰਲਡ ਚੈਂਪੀਅਨ ਦਾ ਖਿਤਾਬ ਜਿੱਤਿਆ ਸਾਲ 1953 ਦੇ ਵਿੱਚ ਇਹਨਾਂ ਨੇ ਕੁਸ਼ਤੀ ਨੂੰ ਆਮਜਾ ਕਹਿ ਦਿੱਤਾ ਦੁਨੀਆ ਦੇ ਮਸ਼ਹੂਰ ਮਾਨ ਕਿੰਗ ਤਾਂਗ ਪਹਿਲਵਾਨ ਉਹਨਾਂ ਨੇ ਜਿੱਤ ਕੀਤਾ ਇਹਨਾਂ ਦੀ ਹਿੰਦ ਜਿਹੜਾ ਕਿ ਇੱਕ ਵਿਦੇਸ਼ੀ ਪਹਿਲਵਾਨ ਬਿਲ ਕਰਨਾ ਕਿਉਂ ਹਿੰਦ ਕੇਸਰੀ ਕੇਸਰ ਸਿੰਘ ਪਹਿਲਵਾਨ 18 ਵਿੱਚ ਕੁਸ਼ਤੀ ਲੜ ਰਿਹਾ ਸੀ ਉਹਦੇ ਨਾਲ ਇਹਨਾਂ ਨੇ ਕੁਸ਼ਤੀ ਲੜੀ ਉੱਕ ਦਲਾਲੀ ਪੁਰੀ ਨਾਲ ਕੁਸ਼ਤੀ ਲੜੀ ਨੰਜੋ ਭੈਣ ਨਾਲ ਕੁਸ਼ਤੀ ਬਰਾਬਰ ਲੜੀ ਸੂਰਮੀ ਪਹਿਲਵਾਨ ਭੁਆਰੀ ਨਾਲ ਕੁਸ਼ਤੀ ਲੜੀ ਤੇ ਤਲੋਕਾ ਚਵਾਲ ਨਾਲ ਕੁਸ਼ਤੀ ਲੜੀਆਂ 1912 ਦੇ ਵਿੱਚ ਤਾਰਾ ਦੂਜੀ ਪੁਰ ਵਾਲੇ ਨੇ ਵੀ ਦੋ ਕੁਸ਼ਤੀਆਂ ਲੜੀਆਂ ਜਿੱਥੇ ਇਹਨਾਂ ਨੇ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਉੱਥੇ ਇਹਨਾਂ ਨੇ ਨਾਨਕ ਦੁਖੀਆ ਸਭ ਅਨੁਸਾਰ ਮੇਰਾ ਦੇਸ਼ ਮੇਰਾ ਧਰਮ ਭਗਤ ਕੰਨਾ ਜੱਟ ਧਿਆਨੂ ਭਗਤ ਸਭ ਰਾਜ ਸੇਖ ਲਾਉ ਭਗਤੀ ਮੇਂ ਸ਼ਕਤੀ
ਰੋਸਤਮਿੰਦ ਰਮਾਇਣ ਸ੍ਰੀ ਅਰਜਵੀਰ ਹਨੂਮਾਨ ਦੀ ਭੂਮਿਕਾ ਨਿਭਾਈ ਪ੍ਰਵੀਨ ਕੁਮਾਰ ਅਥਲੀਟ ਨੇ ਭੀਮ ਸੈਨ ਦੀ ਭੂਮਿਕਾ ਨਿਭਾਈ ਜਿਨ੍ਹਾਂ ਨੇ ਲੋਕਾਂ ਤੋਂ ਧੰਨ ਧੰਨ ਕਰਵਾਇਆ ਇੱਕ ਵਾਰ ਹਿੰਦ ਕੇਸਰੀ ਵਰਲਡ ਚੈਂਪੀਅਨ ਮਹਾਂਬਲੀ ਤਾਰਾ ਸਿੰਘ ਕਾਲਵਾਨ ਦੇ ਨਾਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੀ ਮਿੱਠੀ ਯਾਦ ਦੇ ਵਿੱਚ ਅੱਜ 14 ਸਾਲ ਦੀ ਪਵਿੱਤਰ ਧਰਤੀ ਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਰਮਿਆ ਰੁਸਤਮਿਆ ਕਿਸੀ ਖੁਦਾ ਜੋ ਕਿ ਰੁਸਤਮਿਆ ਕਤਲ ਕਰਵਾ ਗਿਆ ਸੀ ਸਾਡੀ ਪ੍ਰਸ਼ਾਸਨ ਦਾ ਦੇਖੀ ਰਹਿਣਾ ਵਿੱਚ ਉਤਾਰ ਦੇ ਤਾਂ ਬਹੁਤ ਕਰਦੇ ਆ ਅੱਜ ਦੀ ਗੱਲ ਸਾਡੇ ਸਹੀ ਰਹੀ ਸੀ ਨਹੀਂ ਲੈਣ ਲਿਆ ਵੀ ਬਹੁਤ ਹੀ ਵਧੀਆ ਜੀ ਸਾਡੇ ਮਾਜਰ ਪਹਿਰਾਵਾ ਜੀ ਔਰ ਨਿਮਾ ਬੀਬੀ ਨੇ ਬਹੁਤ ਹੀ ਵਧੀਆ ਸਤਾਰ ਦੇ ਵਿੱਚ ਜਿਹੜੇ ਇਹ ਸਾਨੂੰ ਜਾਣਕਾਰੀ ਦੇ ਰਹੇ ਨੇ ਗੁਰੂ ਜੀ ਪੁਰਾਣੀ ਪਹਿਰਾਵਾ ਦੀ ਜਿਹੜੀ ਜੀਵਨੀ ਹੈ ਜਿਹੜਾ ਆਪਣੇ ਮਹਾਬਲੀ ਤਾਰਾ ਸਿੰਘ ਜੀ ਦੇ ਸਾਰੇ ਜਿਹੜੇ ਉਹਨਾਂ ਨੇ ਲਾਈਵ ਚੱਲਦਾ ਪਿਆ ਯਾਰ ਲਾਈਵ ਚੱਲਦਾ ਪਿਆ ਸਾਹਮਣੇ ਪਤਾ ਲੱਗ ਜਾਂਦਾ ਵਿੱਚ ਖਾਣਿਆਂ ਦੇ ਉਹ ਜਦੋਂ ਜੱਫੇ ਪਕਾਣੇ ਲਾ ਪੈਂਦੇ ਨੇ ਜਦੋਂ ਜੱਫੇ ਪਕਾਣੇ ਲਾ ਪੈਂਦੇ ਨੇ ਖਾਣੇ ਬਦੋਕੇ ਨੇ ਉਹਨਾਂ ਸੱਪ ਸਹਿਦਾ ਨੱਕ ਸੇਦਾ ਨੱਕ ਕਬੂਤਰ ਚੀਨੀ ਖਾਣੇ ਬਦੋਕੇ ਨੇ ਉਹਨਾਂ ਸੱਪ ਸਹਿਦਾ ਨੱਕ ਸੇਦਾ ਨੱਕ ਕਬੂਤਰ ਚੀਨੀ ਦਸਬੀਰੋ ਇਹ ਵੀ ਮਹਾਬਲੀ ਪਹਿਲਵਾਨ ਨੇ ਜ਼ੋਰਦਾਰ ਤਾੜੀ ਮਾਰ ਕੇ ਇਹਨਾਂ ਦੀ ਹੌਸਲਾ ਬਦਲਾਈ ਜ਼ਰੂਰ ਕਰੋ ਸਾਡੀ ਸੰਗਤ ਨੂੰ ਬੇਨਤੀ ਵੀ ਤਾੜੀ ਜ਼ਰੂਰ ਮਾਰ ਦੇਖੋ ਬਾਬਾ ਹਰਜੀਤ ਸਿੰਘ ਜੀ ਜੋ ਕਿ ਬਹੁਤ ਵਧੀਆ ਗਊਸ਼ਾਲਾ ਚਲਾਉਂਦੇ ਨੇ ਮਾਵੇ ਦੇ ਵਿੱਚ ਉਹ ਵੀ ਚੇਚੇ ਤੌਰ ਤੇ ਪਹੁੰਚੇ ਨੇ ਬਾਬਾ ਹਰਜੀਤ ਸਿੰਘ ਜੀ ਮਾਵੇ ਵਾਲੇ ਉਹਨਾਂ ਵੱਲੋਂ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 500 ਫੀਟ ਵੱਡੇ ਮੰਚ ਮਾਰ ਕੀਤੇ ਗਏ ਨੇ ਅਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਬੜੀ ਤਕੜੀ ਮਿੱਟੀ ਚੱਲ ਗਈ ਅੱਜ ਦੀ ਗੱਲ ਦੇ ਪਾਸੇ ਰਹੋ ਪਹਿਲਵਾਨ ਵਿੱਚ ਵੱਡੀ ਗੱਲ ਹੋ ਰਹੀ ਹੈ ਉਧਰ ਆਪਾਂ ਲਾਲ ਸਿੰਘ ਪਹਿਲਵਾਨ ਦੀ ਗੱਲ ਕੀਤੀ ਸੀ
ਬੜੀ ਸਤਸਨਮਈ ਕੁਸ਼ਤੀ ਚਾਲੀ ਬੰਨੂ ਕੋ ਸਾਹਿਬ ਖੰਡ ਵਾਲੇ ਮੁੱਚ ਦੀ ਸ਼ਰਮ ਆਉਂਦੇ ਹੋ ਦੇਖੋ ਨਾ ਯਾਰ ਮੈਂ ਕਿਸ ਤੋਂ ਜਿੱਤ ਪਾ ਕਰਦੇ ਲਾਜ ਲਿਆ ਮੇਰੇ ਸਮਾ ਤੇਰਾ ਮੇਰਾ ਸਮਾ ਜਿਹੜਾ ਸਮਾਪਤ ਹੋ ਚੁੱਕਾ ਜੀ ਦੋ ਮਿੰਟਾਂ ਸਮਾ ਜਿਹੜਾ ਕੁਸ਼ਤੀ ਦਾ ਬਾਕੀ ਰਹਿ ਗਿਆ ਇਹ ਤੇ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਜਿਹੜੀ ਸਾਡੀ ਨੇਕਾ ਸਕਰੀਨ ਦੇ ਵਰਕਰ ਨੇ ਉਹਨਾਂ ਵੱਲੋਂ ਵੀ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਹੋਣਾ ਧੰਨਵਾਦ ਕੀਤਾ ਗਿਆ ਜੀ ਕਿ ਉਹਨਾਂ ਨੇ ਸਾਡੇ ਲਈ ਸ਼ੇਰ ਦਿਖਾ ਕੇ ਇਹਨਾਂ ਪਹਿਲਵਾਨ ਦੇ ਦਰਸ਼ਨ ਕਰਾਏ ਬਹੁਤ ਬਹੁਤ ਧੰਨਵਾਦ ਸਾਡਾ ਨਾਮ ਸਾਡੇ ਪੀਡੀਪੀਓ ਸਾਹਿਬ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਟੀਮ ਨੂੰ ਲੈ ਕੇ ਆ ਕੇ ਨਾਲ ਦੀ ਨਾਲ ਕੁਸ਼ਤੀਆਂ ਦੇਖਣ ਦਾ ਮੌਕਾ ਦਿਵਾਇਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇਹਨਾਂ ਨਵਾਸੀਆਂ ਅਸੀਂ ਸਾਰਿਆਂ ਦਾ ਧੰਨਵਾਦ ਸਰਪੰਚ ਸਾਹਿਬਾਨਾਂ ਦਾ ਧੰਨਵਾਦ ਉਸ ਖਾਤੇ ਦੇ ਵਿੱਚ ਪੁਆਇੰਟ ਜਿਹੜਾ ਲੇਖਾ ਜੋਖਾ ਲਿਖ ਕੇ ਚੱਲ ਰਿਹਾ ਔਰ ਇੱਕ ਮਿੰਟ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ ਸਰਦਾਰ ਬਲਬੀਰ ਸਿੰਘ ਜੀ ਹੈਡ ਕਲੱਬ ਡਾਕਟਰ ਡੀਐਸਓ ਕਰਤਾ ਉਹ ਵੀ ਲਾਈਵ ਦੇ ਜ਼ਰੀਏ ਕੁਸ਼ਤੀ ਕਰਨ ਦਾ ਆਦਮ ਆਏ ਨੇ ਉਹਨਾਂ ਦਾ ਅਸੀਂ ਤਾਇਦ ਨੂੰ ਧੰਨਵਾਦ ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿੰਨਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਲਾਸਟ ਪੰਜ ਕੁਸ਼ਤੀ ਕਰਦੀ ਹੋਈ ਚਾਰ ਥੱਲੇ ਦੀ ਲੜਾਈ ਹੱਲੇ ਦੀ ਬਈ ਕੁਸ਼ਤੀ ਚੱਲੇ ਕੱਲੇ ਦੀ ਦੇਖ ਬਈ ਪਿੱਤਰ ਪਹਿਲਵਾਨ ਤੇ ਟੈਕ ਕਰੋ ਦਾਂ ਮਾਰੋ ਔਰ ਇਸ ਕੁਸ਼ਤੀ ਦੇ ਵਿੱਚ ਪ੍ਰਿਤ ਪਾਲ ਬ੍ਰਹਮਣ ਹਮਾਰੇ ਵਾਲਾ ਜੇਤੂ ਹੋਇਆ ਜੀ ਔਰ